ਸਾਡੇ ਨਾਲ ਲੋਕ ਜਿੰਨੇ ਵੀ ਹੋਸਟਲ ਵਿੱਚ ਹਨ ਸਾਡੇ ਨਾਲ ਰਹਿ ਕੇ ਕੁਛ ਅਸੀਂ ਨਾਲ ਕੁਛ ਨਹੀਂ ਵੀ ਚੱਲਦਾ ਸੀ ਦੇਖੀ ਕਿ ਸਾਡਾ ਹੋਰ ਵੀ ਫਰੈਂਡ ਦੇ ਅੰਦਰ ਫਾਰਨ ਅਤੇ ਇਸ ਅਤੇ ਸਭ ਤੋਂ ਪਹਿਲੇ ਨਾਰਾਇਣ ਗੋਬੋਟ ਪਿਸ਼ਾਵਰ ਪਾਕਿਸਤਾਨ ਦੀ ਇਸ ਰਾਜਧਾਨੀ ਅਤੇ ਡਾਕਟਰ ਆਨੰਦਪੁਰ ਸਾਹਿਬ ਔਰ ਦਰਬਾਰ ਸਾਹਿਬ ਜੀ ਦੇ ਜੋ ਬਹੁਤ ਬੜਾ ਹੱਥ ਹੈ ਇਹਨਾਂ ਨੂੰ ਗਾੜੀ ਅਸੀਂ ਮੋਬਾਇਲ ਬਾਰ ਕਰ ਸਕਦੇ ਸੀ। ਦੂਸਰਾ ਇਹ ਕਿ ਨਾਰਾਇਣ ਗੋਬੋਟ ਪਾਕਿਸਤਾਨ ਦੀ ਪਾਕਿਸਤਾਨੀ ਦੇ ਤੌਰ 'ਤੇ ਇਸ ਤਰ੍ਹਾਂ ਇਹ ਮੋਬਾਇਲ ਫੋਨ ਇਹ ਨਹੀਂ ਕਿ ਇੱਥੇ ਸੁਬਹਾ ਸਾਰੇ ਜਾਂਦੇ ਹਨ, ਪਾਕਿਸਤਾਨ ਦੇ ਅੰਦਰ ਵੀ ਹਨ, ਸਿੰਧ ਦੇ ਅੰਦਰ ਵੀ ਹਨ ਔਰ ਪੰਜਾਬ ਦੇ ਅੰਦਰ ਵੀ ਹਨ ਔਰ ਬਲਕਿ ਸਿੰਧ ਦੇ ਅੰਦਰ ਬਲਕਿ ਅੱਛੇ ਅੱਛੇ ਪੋਸਟਾਂ ਹੋਤੇ ਔਰ ਬੜੇ ਆ ਰਹੇ ਹਨ। ਇਸ ਤਰ੍ਹਾਂ ਮੁਖੀ ਮੀਰ ਰਹਿਮਾਨ ਸਾਹਿਬ ਜਿਸ ਤਰ੍ਹਾਂ ਅਫਵਾਹੀ ਵਸਦਾ ਰਹਿਮਾਨ ਸਾਹਿਬ ਨੇ ਉੱਥੇ ਲੇਖ ਵਰਤੀਆਂ ਨੇ ਉੱਥੇ ਪਾਕਿਸਤਾਨ ਦੇ ਅੰਦਰ ਜਿਹੜੇ ਹੈ ਸਾਹਿਬ ਹੈ ਤ੍ਰਿਤੀਆ ਨਕੀਮ ਹੈ, ਅਸ਼ਰਫ ਕਲੂਨੀ ਸਾਹਿਬ ਹੈ, ਗ੍ਰੇਟ ਜਨਰਲ ਹੈ, ਇਸ ਤਰ੍ਹਾਂ ਦਾ ਜਿਹੜਾ ਹੈ ਉੱਥੇ ਵੀ ਇਸਦੀ ਸ਼ਾਖਾ ਹੋਣ ਅਤੇ ਇੰਕੁਨ ਹੈ ਪੂਰੇ ਸਵਾਲ ਉਠਾਇਆ ਔਰ ਜਿਸਕੇ ਜਵਾਬ ਮੈਂ ਤਕਰੀਰ ਕਰਨੀ ਪੜੀ, ਮੈਂ ਆਲਾਮਾ ਬਾਗ ਕਾ ਸ਼ੇਅਰ ਅਰਜ਼ ਕਰਨਾ ਚਾਹਤਾ ਥਾ ਕਿ ਹਿੰਦੀ ਹੈ ਹਮ ਵਤਨ ਹੈ, ਹਿੰਦੂ ਨਹੀਂ ਹਿੰਦੀ ਹੈ ਹਮ ਵਤਨ ਹੈ, ਸਾਰਾ ਜਹਾਂ ਹਮਾਰਾ ਤੋ ਮਤਲਬ ਹਿੰਦੂ ਕੇ ਲਫ਼ਜ਼ ਮੇਂ ਯੇ ਹਿੰਦ ਕੇ ਲਫ਼ਜ਼ ਕੇ ਹਿੱਸੇ ਮੇਰੇ ਖਿਆਲ ਇਸ ਪਰ ਮਾਤਰ ਖਾਹੋ ਕਿ ਜ਼ਿਆਦਾ ਜ਼ਰੂਰਤ ਨਹੀਂ ਹੈ ਮੇਰੇ ਖਿਆਲ ਮੇਂ। ਦੂਸਰਾ ਮੈਂ ਯੇ ਕਮੈਂਟ ਕਰਨਾ ਚਾਹਤਾ ਥਾ ਕਿ ਮੇਰੀ ਮਾਲੂਮਾਤ ਕੇ ਮੁਤਾਬਿਕ ਪਾਕਿਸਤਾਨ ਮੇਂ ਜਿਤਨੇ ਵੀ ਲੈਂਗੁਏਜ ਕਮਿਊਨਿਟੀਜ਼ ਹੈ ਉਨਮੇਂ ਥੋੜ੍ਹੇ ਬਹੁਤ ਲੋਕ ਹੋਤੇ ਹੈ ਆਪਣੀ ਜ਼ੁਬਾਨ ਕੇ ਹਵਾਲੇ ਸੇ ਹਸਾਸ, ਲੇਕਿਨ ਮੈਂ ਪਹਿਲੀ ਵਾਰ ਕਾਫੀ ਅਰਸੇ ਸੇ ਬੰਗਾਲੀ ਲੋਕੋਂ ਕੇ ਸਾਥ ਜੋ ਤਾਲੁਕ ਰਹਾ ਹੈ ਔਰ ਬਾਕੀ ਲੋਕੋਂ ਕੇ ਸਾਥ ਵੀ ਜੋ ਤਾਲੁਕ ਰਹਾ ਹੈ ਉਸਕੇ ਹਵਾਲੇ ਸੇ ਮੈਂ ਕਹਿ ਸਕਤਾ ਹੂੰ ਕਿ ਪਾਕਿਸਤਾਨ ਭਰ ਮੇਂ ਜੋ ਲੈਂਗੁਏਜ ਕਮਿਊਨਿਟੀਜ਼ ਲਸਾਨੀ ਬਰਾਦਰੀਓਂ ਮੇਂ ਸੇ ਸਰਫਰਸ ਜੋ ਹੈ ਵੋ ਹਿੰਦੂ ਆਏ ਫੰਡਿੰਗ ਕਮਿਊਨਿਟੀ ਕੀ ਬੁਨਿਆਦੋਂ ਪਰ ਮੁਹੱਈਆ ਕਮਿਊਨਿਟੀ ਕੇ ਮੁਹੱਈਆ ਹਜ਼ਰਾਤ ਜੋਸ਼ ਔਰ ਆਪਣੇ ਜਜ਼ਬੇ ਸੇ ਔਰ ਇਖਲਾਸ ਸੇ ਫੰਡਿੰਗ ਕਰਤੇ ਹੈ, ਆਪਣੇ ਜ਼ਰਾਏ ਖੁਦ ਪੈਦਾ ਕਰਤੇ ਹੈ, ਰਿਸੋਰਸਿਸ ਖੁਦ ਜਨਰੇਟ ਕਰਤੇ ਹੈ ਔਰ ਬੜੇ ਬੜੇ ਇਵੈਂਟ ਕਰਤੇ ਹੈ ਜਿਨ ਕੇ ਲੀਏ ਹਕੂਮਤੋਂ ਜੈਸਾ ਜੈਸੀ ਰਿਸੋਰਸਿਸ ਚਾਹੀਏ, ਲੇਕਿਨ ਗੰਗਾਲ ਹਿੰਦੂ ਬੋਰਡ ਨੇ ਆਪਣੀ ਕਮਿਊਨਿਟੀ ਕੇ ਬਲਬੋਤੇ ਪਰ ਤਵੱਕਲ ਕੀ ਬੁਨਿਆਦ ਪਰ ਇਹ ਸਭ ਕੁਝ ਕਿਆ ਹੈ ਔਰ ਨਾ ਸਿਰਫ ਇਹ ਕਿ ਸਿਰਫ ਆਪਣੀ ਕਮਿਊਨਿਟੀ ਕੇ ਲੀਏ ਜਿਸ ਤਰ੍ਹਾਂ ਫਖਰੁਦੀਨ ਸਾਹਿਬ ਨੇ ਜੋ ਫੋਰਮ ਫਾਰ ਲੈਂਗੁਏਜ ਇਨੀਸ਼ੀਏਟਿਵਸ ਕੀ ਉਨਕੀ ਉਮੀਦੋਂ ਕਾ ਵੀ ਸਹਾਰਾ ਹੈ ਤੋ ਲੇਕਿਨ ਇੱਕ ਆਖਰੀ ਇੱਕ ਸਜੇਸ਼ਨ ਮੈਂ ਦੇ ਦੂੰਗਾ, ਅਭੀ ਤੱਕ ਜੋ ਜਿਤਨੇ ਵੀ ਇਵੈਂਟਸ ਕੀਏ ਹੈ ਬਹੁਤ ਹੀ ਜ਼ਬਰਦਸਤ ਇਵੈਂਟ ਕੀਏ ਹੈ, ਬਹੁਤ ਅੱਛਾ ਔਰ ਕਾਬਿਲ ਫਖਰ ਇਹ ਸਫ਼ਰ ਆਪਣੇ ਤੇ ਕੀਆ ਹੈ, ਲੇਕਿਨ ਅਭੀ ਮੇਰੇ ਖਿਆਲ ਮੇਂ ਇੱਕ ਇਮਤਿਹਾਨ ਆਨੇ ਵਾਲਾ ਹੈ, ਵੋ ਇਮਤਿਹਾਨ ਇਹ ਹੈ ਕਿ ਇੱਕ ਤਰਫ ਤੋ ਇਹ ਬਹੁਤ ਹੀ ਖੁਸ਼ੀ ਕੀ ਬਾਤ ਹੈ ਕਿ ਚੀਫ ਸੈਕਟਰੀ ਸਾਹਿਬ ਨੇ ਕੱਲ ਐਲਾਨ ਕੀਆ ਆਜ ਵੀ ਬੜੇ ਐਲਾਨਾਤ ਹੋਏ ਔਰ ਬਹੁਤ ਅੱਛੀ ਬਾਤ ਹੈ ਕਿ ਗ੍ਰਾਮਕੋਂ ਕਾ ਇਹ ਐਲਾਨ ਹੋਆ, ਇਹ ਬੜੀ ਹਮਾਰੀ ਖਵਾਹਿਸ਼ ਥੀ ਕਿ ਹਿੰਦੂ ਪ੍ਰੋਜੈਕਟਸ ਕੇ ਲੀਏ ਸਰਮਾਏ ਕੀ ਜ਼ਰੂਰਤ ਹੋਤੀ ਹੈ, ਰਿਸੋਰਸਿਸ ਕੀ ਜ਼ਰੂਰਤ ਹੋਤੀ ਹੈ ਔਰ ਯੇ ਗਰੰਟੀ ਜੋ ਹੈ ਕਿ ਕੌਮ ਕੇ ਪੈਸੇ ਹੈ, ਯੇ ਐਸਾ ਨਹੀਂ ਹੈ ਕਿ ਕਿਸੀ ਔਰ ਕੇ ਪੈਸੇ, ਕੌਮ ਕੇ ਪੈਸੇ ਨਹੀਂ ਤਾਂ ਕੌਮ ਪੇ ਲੱਗ ਜਾਏ ਬਹੁਤ ਹੀ ਅੱਛੀ ਬਾਤ ਹੈ ਔਰ ਉਸਕੀ ਹਮ ਅਸਾ ਖਿਮਤਮ ਕਰਦੇ ਹੈ, ਲੇਕਿਨ ਇੱਕ ਬਹੁਤ ਬੜਾ ਲੇਕਿਨ ਹੈ, ਲੇਕਿਨ ਯੇ ਹੈ ਕਿ ਯੇ ਗਰੰਟੀ ਕਹੀਂ ਆਪਕਾ ਜੋ ਜੋਸ਼ ਜਜ਼ਬਾ ਹੈ ਉਸਕੋ ਸਰਤ ਨਾ ਪੜਨੇ ਦੇ, ਆਪਕਾ ਜੋ 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 ਦੇਣੇ ਕਾ ਡੋਨੇਟ ਕਰਨੇ ਕਾ ਜੋ ਪੂਰਾ ਆਪਣੀ ਡੋਨੇਟ ਕਰਨੇ ਦੀ ਜੋ ਕੁਵਤ ਹੈ ਆਪਕੇ ਹੱਥ ਮੇਂ ਵੋ ਜ਼ੋਰ ਪੈਦਾ ਨਾ ਕਰੇ, ਕਿ 50 ਲੱਖ ਕਾ ਗ੍ਰਾਂਟ ਮੇਰੇ ਮੇਰੇ ਨਜ਼ਦੀਕ ਕੋਈ ਹੈਸੀਅਤ ਨਹੀਂ ਰਹਿਤੀ, ਇਹ ਜੋ ਉਸਤਾਦ ਬਸ਼ੀਰ ਕੋ ਮੈਂ ਦੇਖਤਾ ਹੂੰ, ਇੱਕ ਔਰ ਅਮਲੇ ਕੋ ਮੈਂ ਦੇਖਤਾ ਹੂੰ, ਮੈਂ ਬਹੁਤ ਸਾਰੇ ਲੋਕੋ ਕੇ ਮੈਂ ਚਿਹਰੋ ਕੋ ਤਾਂ ਜਾਣਤਾ ਹੂੰ ਔਰ ਮੇਰੇ ਸਾਥੀ ਵੀ ਜਾਣਤੇ ਹੈ, ਲੇਕਿਨ ਹਮੇਂ ਨਾਮ ਨਹੀਂ ਮਾਲੂਮ ਔਰ ਮੁਝੇ ਇਤਨੇ ਭਾਈਓ ਜੈਸੇ ਲਗਤੇ ਹੈ, ਉਨ
اخلاص دیتا ہوں ان اخلاص اس اخلاص کو میں 50 کروڑ میں تبدیل نہیں کرنا چاہتا. میں مجھے صرف کہہ ہے کہ کہیں یہ گرانٹ آپ کے آپ کا جو پائے استقامت میں وہ ذوق نہ آ جائے. میں اس پر یہ آپ کا امتحان ہے. دوسرا یہ کہ آپ ہمیشہ کے لیے زندہ نہیں رہیں گے. آپ ایک میکینزم اس طرح کے بنائے ہیں, آپ شاید آپ نے بنایا بھی ہوگا. آپ پائپ لائن میں ایک اور ڈاکٹر محمود, ایک اور ڈاکٹر اسلام الدین, اور ایک اور ضیاء الدین, اور ایک اور زیادہ سرحد, ان کا ایک قطار بنائیں. آپ پائپ لائن میں ان کو بھی شامل کریں. بہت مہربانی کریں. اپنے
تو پھر کس قسم کی تجویزوں پہ عمل کیا جا سکتا ہے؟ پشاور بورڈ دے ٹاپ 10 کالجز وچ ٹاپ 10 کالجز پشاور بورڈ دے سر تے 5% کوٹا اس پہ تو فری ایجوکیشن جڑے سٹوڈنٹ ان کو بولنا ہے۔ تھینک یو اگر اتنے موجود ہیں
ਸਾਹਿਬ ਇਲਾਈ ਬਖਸ਼ਰ ਆਵਾਨ ਸਾਹਿਬ
یا اللہ انہاں ساڈے بشمول دیگر مرحومین دے یا اللہ سب دی مغفرت فرما، یا اللہ سب نو بس دیو جہان میرے گزار فرما لے، کرپٹ کرپٹ جنت نصیب فرما، انہاں شفاعت نصیب فرما لے، یا اللہ نام یا مات دائے ہاتھ چلا فرما لے، یا اللہ آئندہ بھی اچھے کمل دی توفیق عطا فرما، یا اللہ اس اپنی زبان سے تمیز سے ترقی سے جو کچھ سوں گے یا اللہ انہاں نو قبول فرما اور مزید بہتر بنا، یا اللہ ساڈی ساری دعاؤں قبول فرما، صلی اللہ تعالی علیہ وسلم میں سب دوستوں کو ایک بار پھر دلی مبارکباد۔